ਮੁੰਡਾ ਜਿਹਦਾ ਜੇ ਰਾਂਝਾ ਮੱਝੀਆਂ ਨਾਲ ਚਰਾਉਂਦਾ 12 ਸਾਲ ਕੋਈ ਕੰਮ ਕਾਰ ਕੀਤਾ ਹੁੰਦਾ ਚੱਜ ਦਾ ਜੇ ਹੁੰਦਾ ਮਿਰਜ਼ੇ ਨੂੰ ਬੇਗਾਨੀ ਪੱਤ ਦਾ ਖਿਆਲ ਕਿਸੇ ਦੀ ਧੀ ਨਾ ਲੈ ਕੇ ਭੱਜਦਾ ਕਿੱਸਾ ਮਿਰਜ਼ੇ ਜਾਂ ਰਾਂਝੇ ਦਾ ਬਾ ਕਮਾਲ ਪਰ ਕਿਸੇ ਧੀ ਦੇ ਪਿਓ ਨੂੰ ਹੁੰਦਾ ਜੱਚਦਾ ਉਸਾਰੂ ਸੋਚ ਕੋਈ ਚੱਜ ਦੇ ਖਿਆਲ ਫੇਰ ਹੀ ਰੱਖਦਾ ਕੋਈ ਮੁੰਡਾ ਜਿਹਦਾ ਗਾਣੇ ਲਿਖਦੇ ਨੂੰ ਹੋ ਗਏ 15 ਸਾਲ ਕਲਮ ਘਿਸਦੇ ਨੂੰ ਹੋ ਗਏ 15-20 ਸਾਲ ਤਾਂ ਵੀ ਗੀਤਾਂ 'ਚ ਫੜ ਕੇ ਬੰਦੂਕ ਗੱਜਦਾ ਖਾ ਕੇ ਫੀ ਮੱਕ ਕਰੀ ਬੈਠਾ ਲਾਲ ਅਤੇ ਕੋਈ ਬੰਦਾ ਬੁੰਦਾ ਮਾਰਨੇ ਨੂੰ ਫਿਰੇ ਲੱਭਦਾ ਇੰਨਾ ਮਾੜਾ ਹੁੰਦਾ ਨਾ ਲਿਖਾਰੀਆਂ ਦਾ ਜੇ ਹਾਲ ਇੰਨਾ ਮਾੜਾ ਹੁੰਦਾ ਨਾ ਗਵਈਆਂ ਦਾ ਵੀ ਹਾਲ ਤਾਂ ਕਾਹਨੂੰ ਛੱਡ ਕੇ ਸਟੇਜ ਭੱਜਦਾ ਉਸਾਰੂ ਸੋਚ ਕੋਈ ਚੱਜ ਦੇ ਖਿਆਲ ਫੇਰ ਹੀ ਰੱਖਦਾ ਕੋਈ ਮੁੰਡਾ ਜਿਹਦਾ ਇਹ ਰਾਂਝੇ ਮਿਰਜ਼ੇ ਪੁੰਨੂ ਮਹੀਵਾਲ ਜਿਨ੍ਹਾਂ ਨੂੰ ਸਾਡੇ ਹੀਰੋ ਨਾਇਕ ਦੱਸਿਆ ਜਾਂਦਾ ਇਹ ਰਾਂਝੇ ਮਿਰਜ਼ੇ ਪੁੰਨੂ ਮਹੀਵਾਲ ਨੂੰ ਲਿਖਾਰੀ ਜੇ ਨਾ ਨਾਇਕ ਦੱਸਦਾ ਦੁੱਲਾ ਭੱਟੀ ਜੱਟ ਜਿਉਣੇ ਜਿਹੇ ਲਾਲ ਦਾ ਲਹੂ ਜੇ ਬਣ ਸਿਆਹੀ ਵਗਦਾ ਇਸ਼ਕ ਹੁੰਦਾ ਨਹੀਂ ਬਸ ਮਸ਼ੂਕਾਂ ਦੇ ਹੀ ਨਾਲ ਇਹ ਦੀਵਾ ਪਿਆਰ ਦਾ ਸਰਬੱਤ ਲਈ ਜਗਦਾ ਉਸਾਰੂ ਸੋਚ ਕੋਈ ਚੱਜ ਦੇ ਖਿਆਲ ਫੇਰ ਹੀ ਰੱਖਦਾ ਕੋਈ ਮੁੰਡਾ ਜਿਹੜਾ।